ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਅਰ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਕਿ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਬੀਤੇ ਦਿਨ ਸਕੂਲ ਵਿਖੇ 7th ਐਨੂਅਲ ਡੇ ਸੈਲੀਬ੍ਰੇਸ਼ਨ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ ਅਤੇ ਜਿਸ ਦਾ ਥੀਮ ਬੇਟੀਆਂ ਸੇਵ ਦੀ ਗਰਲ ਚਾਈਲਡ ਰੱਖਿਆ ਗਿਆ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਇਸ ਮੌਕੇ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਇੱਕ ਰਿਪੋਰਟ। ਸਾਡੇ ਵਿਚਕਾਰ ਸਾਡੇ ਆਦਰਣੀ ਸਰ ਮੈਡਮ ਅਤੇ ਉਹਨਾਂ ਦੀ ਮਾਤਾ ਜੀ ਸਾਡੇ ਵਿਚਕਾਰ ਅੱਜ ਮੌਜੂਦ ਨੇ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਾਲੀਆਂ ਵਜਾ ਕੇ, ਔਰ ਉਹਨਾਂ ਨੂੰ ਸਕਾਊਟ ਕਰਦੇ ਹੋਏ ਡਾਕਟਰ ਸੰਜੇ ਸਕਲਾਨੀ ਜੀ ਸਾਡੇ ਜੋ ਬਹੁਤ ਹੀ ਸਤਿਕਾਰ ਜੋ ਪ੍ਰਿੰਸੀਪਲ ਸਰ ਹਮੇਸ਼ਾ ਕਿਸੇ ਦਾ ਹਿੱਸਾ ਬਣ ਜਾਂਦਾ ਹੈ। ਕੁਝ ਖਾਸ ਲੋਕ ਮਿਲਦੇ ਹੈ ਇਸ ਜ਼ਿੰਦਗੀ ਮੇ, ਕੁਝ ਖਾਸ ਲੋਕ ਮਿਲਦੇ ਹੈ ਇਸ ਜ਼ਿੰਦਗੀ ਮੇ, ਜਿਨਕੇ ਸਾਥ ਨਾ ਪਿਛੜਨੇ ਵਾਲਾ ਰਿਸ਼ਤਾ ਬਣ ਜਾਂਦਾ ਹੈ, ਜਿਨਕੇ ਸਾਥ ਨਾ ਪਿਛੜਨੇ ਵਾਲਾ ਰਿਸ਼ਤਾ ਬਣ ਜਾਂਦਾ ਹੈ। ਫੰਕਸ਼ਨ ਆਫ ਕਲੇਅਰ ਇੰਟਰਨੈਸ਼ਨਲ, ਵੀ ਆਰ ਸੈਲੀਬ੍ਰੇਟਿੰਗ ਦ ਗਲੋਰੀ ਆਫ ਸਕਸੈਸ। ਸਾਡੇ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਲੇਅਰ ਦੇ ਵਿਹੜੇ ਵਿੱਚ ਤੁਹਾਡੇ ਆਪਣੇ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਜੀ। ਇਨ ਦਿਸ ਵੇ ਵੀ ਵਿਲ ਹੈਵ ਆਰ ਟ੍ਰੈਡੀਸ਼ਨਲ ਆਸਪੀਸ਼ੀਅਸ ਲੈਂਪ ਲਾਈਟਿੰਗ ਸੈਰੇਮਨੀ। ਚੇਅਰਪਰਸਨ, ਉਹਨਾਂ ਦੇ ਮਦਰ, ਉਹਨਾਂ ਦੇ ਨਾਲ ਵਾਈਸ ਚੇਅਰਪਰਸਨ ਮੈਡਮ ਮੁੰਤੀ ਕੌਰ ਜੀ ਕਲੇਅਰ ਐਂਡ ਅਵਰ ਪ੍ਰਿੰਸੀਪਲ ਡਾਕਟਰ ਸੰਜੇ ਸਕਲਾਨੀ। ਹੈ ਦੁਨੀਆ ਖੁਸ਼ੀਆਂ ਚਾਰ।
ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਤਮਾਮ ਪਦਵੰਦੇ ਸੱਜਣ ਜੋ ਉਹਨਾਂ ਦੇ ਨਾਲ ਆ ਗਏ ਨੇ, ਉਹਨਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਮੁੱਖ ਮਹਿਮਾਨ ਮੇਰੇ ਅਤਿ ਸਤਿਕਾਰਯੋਗ ਬ੍ਰਦਰ ਸ੍ਰੈਸ਼ਟੀ ਸਿੰਘ ਮਲੁੱਕਾ ਜੀ, ਉਹਨਾਂ ਦੇ ਨਾਲ ਦਰਸ਼ਨ ਸਿੰਘ ਕੋਟਖੰਡਾ ਜੀ, ਸਾਡੇ ਪਿੰਡ ਦੇ ਮੁੱਖ ਸਰਜਨ ਕਰਮ ਦਰਸ਼ਨ ਸਿੰਘ ਜੀ, ਅਤੇ ਸਤਿਕਾਰਯੋਗ ਮਾਪਿਓ ਤੁਹਾਨੂੰ ਇੱਥੇ ਸਾਰੇ ਜੀ ਆਇਆਂ। ਮੈਨੂੰ ਉਮੀਦ ਆ ਤੁਸੀਂ ਸਾਰੇ ਇਹ ਖੁਸ਼ੀ ਦਾ ਨਾਮ ਮਾਣ ਰਹੇ ਹੋਵੋਗੇ। ਜਿਹੜਾ ਇਹ ਥੀਮ ਅਸੀਂ ਬੇਟੀਆਂ ਰੱਖਿਆ ਸੇਵ ਗਰਲ ਚਾਈਲਡ, ਇਹੋ ਜਿਹੇ ਸਟੇਜ ਤੋਂ ਇਹੋ ਜਿਹੇ ਜਿਹੜੇ ਮੈਸੇਜ ਆਪਣੀ ਸੁਸਾਇਟੀ ਦੇ ਵਿੱਚ ਜਾ ਰਹੇ ਨੇ, ਕਾਫੀ ਹੱਦ ਤੱਕ ਆਪਾਂ ਕਾਮਯਾਬ ਹੋ ਚੁੱਕੇ ਹਾਂ। ਸੋਲ ਕਾਲ ਹੈ ਰੰਗ
ਤੁਰਪੀ ਜੰਦ ਪਟਿਆਲਿਓ ਤੜਕੇ ਨਹੀਂ ਤੁਰਪੀ ਜੰਦ ਪਟਿਆਲਿਓ ਤੜਕੇ ਜਾ ਟੁਕੀ ਫਿਰ ਸੇਣੇ ਬਿਆਕਰ ਤਾਰੇ ਦਾ ਚੱਕ ਲੋ ਢੋਲ ਕੀ ਸੇਣੇ ਬਿਆਕਰ ਤਾਰੇ ਦਾ ਉਹ ਜਗ ਢੋਲ ਕੀ ਸੇਣੇ ਸਾਡੀ ਪੰਜਾਬ ਪੁਲਿਸ ਦੀ ਟੀਮ ਨੇ ਸਕੂਲ ਦੇ ਚੇਅਰਮੈਨ ਸਾਹਿਬ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਹਨਾਂ ਨੇ ਸਕੂਲ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਸਾਡੇ ਪਰਿਵਾਰ ਨੇ ਪਹਿਲਾਂ ਜਿਹੜੀ ਯੂਨੀ ਰੱਖੀ ਹੈਗੀ ਆ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਹੈਗਾ। ਅਸੀਂ ਅੱਜ ਵੀ ਖੜ੍ਹੇ ਹੈਗੇ ਇਕੱਠੇ, ਉਸੇ ਚੀਜ਼ ਦਾ ਮੈਨੂੰ ਬਹੁਤ ਵੱਡਾ ਮਾਣ ਹੈਗਾ ਅਤੇ ਮੈਨੂੰ ਚਾਚੇ ਜਿਹੜਾ ਹੈਗਾ ਵਧੀਆ ਫੰਕਸ਼ਨ ਔਰਗਨਾਈਜ਼ ਕੀਤਾ, ਸਤਵਾਂ ਐਨੂਅਲ ਫੰਕਸ਼ਨ, ਸੋ ਗੁੱਡ ਆਖਰ ਬਲੀਵ ਇਟ। ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੀ ਇਹਨਾਂ ਦੇ ਸਕੂਲ ਦੇ ਚੱਲਦੇ ਰਹਿਣ ਅਤੇ ਸਾਨੂੰ ਮਾਣ ਹੈਗਾ ਇਹਨਾਂ ਦੇ ਉੱਤੇ।
Today when I came here, I had no expectations in mind. Like, I don't know how everything happens here these days, because it's been 9 years since I'm away from here. But after seeing the function, the level of every performance was above and above the expectation. I couldn't even imagine. Every program has a story of its own. I could see the creativity, because as my faculty was saying, education just by itself is nothing. It has to be an all-round development, and your function shows that it's one of the major parts of an all-round development. Each and every student and the teacher who made them practice did an awesome job, very, very good, and I'm very impressed. Not just by the function, the school itself. It's really good, and I hope Punjab and even India gets to see more schools like this. Really good, thank you. I'm Dr. Sanjay Saklani, principal. MBKM Kaler International Public School. ਅੱਜ ਅਸੀਂ ਆਪਣੇ ਸਕੂਲ ਦਾ 7ਵਾਂ ਐਨੂਅਲ ਡੇ ਸੈਲੀਬ੍ਰੇਸ਼ਨ ਕੀਤਾ, ਜਿਹਦਾ ਨਾਂ ਅਸੀਂ ਥੀਮ ਰੱਖਿਆ ਸੀ ਬੇਟੀਆਂ ਸੇਵ ਦਾ ਗਰਲ ਚਾਇਲਡ, ਜਿਹਨੂੰ ਕਿ 7 ਫੇਜ਼ਾਂ ਦੇ ਵਿੱਚ ਡਿਵਾਈਡ ਕੀਤਾ ਸੀ। ਹਰ ਫੇਜ਼ ਦੇ ਵਿੱਚ ਬੱਚੇ ਨੇ ਆਪਣੀ ਵੱਧ ਤੋਂ ਵੱਧ ਚੜ੍ਹ ਕਰ ਜਿਹਾ ਹਿੱਸਾ ਲਿਆ, ਬਹੁਤ ਵਧੀਆ ਪਰਫੋਰਮੈਂਸ ਰਹੀ ਆ। ਮੇਰੇ ਟੀਚਰ ਨੇ ਬਹੁਤ ਮਿਹਨਤ ਕੀਤੀ ਫੰਕਸ਼ਨ ਨੂੰ ਸਫਲ ਬਣਾਉਣ ਲਈ, ਅਤੇ ਮੈਂ ਮੈਨੇਜਮੈਂਟ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮਤਲਬ ਇਤਨਾ ਸਾਥ ਦਿੱਤਾ, ਹਰ ਚੀਜ਼ 'ਤੇ ਨਾਲ ਖੜੇ ਹੋਏ ਆ, ਹਰ ਚੀਜ਼ ਦੇ ਵਿੱਚ ਉਹਨਾਂ ਨੇ ਜਿਹੜਾ ਸਹਿਯੋਗ ਦਿੱਤਾ। ਆਈ ਐਮ ਵੈਰੀ ਥੈਂਕਫੁਲ ਟੂ ਦ ਮੈਨੇਜਮੈਂਟ, ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਮਾਪੇ, ਜਿਨ੍ਹਾਂ ਨੇ ਪੂਰਾ ਵਿਸ਼ਵਾਸ ਦਿਖਾਇਆ ਸਾਡੇ ਵਿੱਚ, ਅਤੇ ਆਪਣੇ ਬੱਚੇ ਦੀ ਤਿਆਰੀ ਦੇ ਵਿੱਚ ਸਾਡਾ ਸਾਥ ਦਿੱਤਾ, ਅਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦੀ ਹਾਂ ਇਹ ਚੀਜ਼ ਲਈ, ਅਤੇ ਸਾਨੂੰ ਮੁਬਾਰਕਬਾਦ ਵੀ ਦਿੰਦਾ ਇਹ ਫੰਕਸ਼ਨ ਦੀ ਕਾਮਯਾਬੀ। ਅੱਜ ਦੀ ਟਾਈਮ ਦੇ ਵਿੱਚ ਐਜੂਕੇਸ਼ਨ ਫੀਲਡ ਦੇ ਵਿੱਚ ਸਭ ਤੋਂ ਵੱਡੀ ਪ੍ਰੇਰਨਾ ਇਹ ਹੈ, ਇਨਕਲਕੇਟਿੰਗ ਦਾ ਲਾਈਫ ਸਕਿੱਲਸ, ਬੱਚਿਆਂ ਨੂੰ ਲਾਈਫ ਸਕਿੱਲਸ ਇੰਕਲਕੇਟ ਕਰਨਾ ਸਭ ਤੋਂ ਵੱਡਾ ਚੈਲੇਂਜ ਆ ਸਾਡੇ ਲਈ। ਤਾਂ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਅਸੀਂ, ਮੈਂ ਟੀਚਰ ਨੂੰ ਵੀ ਮੋਟੀਵੇਟ ਕਰਦਾ ਰਹਿੰਦਾ ਅਤੇ ਮੈਨੇਜਮੈਂਟ ਦੀ ਵੀ ਹੈਲਪ ਲੈ ਕੇ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਅਤੇ ਬੱਚਿਆਂ ਦੇ ਵਿੱਚ ਲਾਈਫ ਸਕਿੱਲਸ ਇਨਕਲਕੇਟ ਕੀਤੇ ਜਾਣ, ਉਹਨਾਂ ਨੂੰ ਮੋਰਲ ਵੈਲਿਊ ਉਹਨਾਂ 'ਚ ਇਨਕਲਕੇਟ ਕੀਤੀ ਜਾਣ। ਸਕੂਲ ਐਜੂਕੇਸ਼ਨ ਦੇ ਵਿੱਚ ਸਭ ਤੋਂ ਵੱਡਾ ਚੈਲੇਂਜ ਆ ਬੱਚਿਆਂ ਦੇ ਵਿੱਚ ਲਾਈਫ ਸਕਿੱਲਸ ਇਨਕਲਕੇਟ ਕਰਨਾ, ਉਹਨਾਂ ਦੇ ਵਿੱਚ ਮੋਰਲ ਵੈਲਿਊਜ਼ ਇਨਕਲਕੇਟ ਕਰਨਾ। ਇਸ ਲਈ ਮੇਰੀ ਇਹ ਬਹੁਤ ਵਧੀਆ ਟੀਮ ਆ, ਮੇਰੇ ਟੀਚਰਸ ਦੀ ਬਹੁਤ ਵਧੀਆ ਟੀਮ ਆ ਜਿਹੜੀ ਕਿ ਹਮੇਸ਼ਾ ਮੇਰੇ ਸਾਥ ਦਿੰਦੀ ਆ। ਅਸੀਂ ਬੱਚਿਆਂ ਨੂੰ ਇਨਕਰੇਜ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਮੋਟੀਵੇਸ਼ਨ ਲੈਕਚਰ ਦਿੰਦੇ ਰਹਿੰਦੇ ਹਾਂ, ਉਹਨਾਂ ਨੂੰ ਟਾਈਮ ਟਾਈਮ 'ਤੇ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਹਾਂ ਵੀ ਲਾਈਫ ਦੇ ਵਿੱਚ ਕਿਵੇਂ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ, ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਚਾਹੀਦਾ, ਕਿਵੇਂ ਲਾਈਫ ਦੇ ਵਿੱਚ ਹਰ ਚੈਲੇਂਜ ਨੂੰ ਐਕਸੈਪਟ ਕਰਨਾ ਚਾਹੀਦਾ, ਕਿਵੇਂ ਲਾਈਫ ਦੇ ਵਿੱਚ ਹਾਰਡ ਵਰਕ ਕਰਨਾ ਚਾਹੀਦਾ, ਉਹਦੀ ਇੰਪੋਰਟੈਂਸ ਕੀ ਆ। ਇਸ ਕਰਕੇ ਮੈਂ ਕਹਿਣਾ ਚਾਹੂੰਗਾ ਵੀ ਏਰੀਆ ਦੇ ਵਿੱਚ ਆਪਣਾ ਸਕੂਲ ਨੰਬਰ 1 ਆ, ਐਜੂਕੇਸ਼ਨ ਦੇ ਵਿੱਚ ਵੀ, ਡਿਸਿਪਲਿਨ ਦੇ ਵਿੱਚ ਵੀ, ਅਤੇ ਬੱਚੇ ਦੀ ਮੋਰਲ ਵੈਲਿਊ ਦੇ ਵਿੱਚ ਵੀ। ਥੈਂਕ ਯੂ ਰਿਚੀ ਗਗਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।